ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਭਿੱਖੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਦੇ ਹੇਠ ਅਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਸਾਲਾਨਾ ਚੇਤਨਾ ਮਾਰਚ ਮਿਤੀ 21 ਨਵੰਬਰ 2020 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਭਿੱਖੀ ਤੋਂ ਸਵੇਰੇ 7 ਵਜੇ ਆਰੰਭ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋਵੇਗਾ। ਇਸ ਚੇਤਨਾ ਮਾਰਚ ਦਾ ਰੂਟ ਇਸ ਤਰ੍ਹਾਂ ਹੋਵੇਗਾ, ਭਿੱਖੀ ਤੋਂ ਪਿੰਡ ਸਮਾਓ, ਅਤਲਾ ਖੁਰਦ, ਅਤਲਾ ਕਲਾਂ, ਅਲੀ ਸ਼ੇਰ ਖੁਰਦ, ਅਲੀ ਸ਼ੇਰ ਕਲਾਂ, ਮਾਖਾ ਚੈਲਾਂ, ਰੱਲਾ, ਜੋਗਾ, ਬੁਰਜ ਝੱਬਰ, ਬੁਰਜ ਢਿੱਲਵਾਂ, ਉੱਬਾ, ਭੈਣੀ ਬਾਗਾ, ਠੂਠਿਆਂ ਵਾਲੀ, ਮਾਨਸਾ ਕੈਂਚੀਆਂ, ਮਾਨਸਾ ਖੁਰਦ, ਮਾਨਸਾ ਸ਼ਹਿਰ ਬੱਸ ਸਟੈਂਡ, ਮਾਨਸਾ ਤਿੰਨਕੋਨੀ, ਰੰਦਿੱਤੇ ਵਾਲਾ ਕੈਂਚੀਆਂ, ਰੰਦਿੱਤੇ ਵਾਲਾ ਮੂਸਾ, ਤਲਵੰਡੀ ਅਕਲੀਆਂ, ਬਣਾ ਵਾਲੀ, ਬੈਣੀਵਾਲ, ਜਗਾ ਰਾਮ ਤੀਰਥ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ਼ਾਮ 8 ਵਜੇ ਸਮਾਪਤੀ ਹੋਵੇਗੀ। ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਭਿੱਖੀ ਦੇ ਪ੍ਰਧਾਨ ਗਿਆਨੀ ਹਰਜਿੰਦਰ ਸਿੰਘ ਦੁਆਰਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਮਾਰਚ ਦੇ ਵਿੱਚ ਵੱਧ ਚੜ੍ਹ ਕੇ ਸੰਗਤਾਂ ਸ਼ਮੂਲੀਅਤ ਕਰਨ।